ਕੀ ਤੁਸੀਂ ਬਿਜਲੀ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਕਰ ਸਕਦੇ ਹੋ? ਤਕਰੀਬਨ 150 ਸਾਲ ਪਹਿਲਾਂ ਜਦੋਂ ਬਿਜਲੀ ਨਹੀਂ ਸੀ ਤਾਂ ਸੂਰਜ ਢਲਦਿਆਂ ਲੋਕ ਘਰਾਂ ਨੂੰ ਵੜ ਜਾਂਦੇ, ਲਾਲਟੇਨਾਂ ਦੀ ਵਰਤੋਂ ਹੁੰਦੀ ਜਾਂ ਫਿਰ ਮਸ਼ਾਲਾਂ ਦੇ ਨਾਲ ਲੋਕ ਸਫ਼ਰ ਕਰਿਆ ਕਰਦੇ ਸਨ। ਪਰ ਇੱਕ ਇਨਸਾਨ ਜਿਸ ਨੇ ਪੂਰੀ ਦੁਨੀਆ ਬਦਲ ਕੇ ਰੱਖ ਦਿੱਤੀ, ਇੱਕ ਇਨਸਾਨ ਜਿਸ ਨੇ ਦੁਨੀਆ ਨੂੰ ਬਿਜਲੀ ਦੀ ਕਾਢ ਦਿੱਤੀ, ਇੱਕ ਇਨਸਾਨ ਜਿਸ ਨੇ ਘਰਾਂ ਤੱਕ ਬਿਜਲੀ ਪਹੁੰਚਾ ਦਿੱਤੀ, ਉਸੇ ਮਹਾਨ ਵਿਗਿਆਨੀ ਦੀ ਅੱਜ ਗੱਲ ਕਰਾਂਗੇ ਜਿਸ ਦਾ ਅੱਜ ਜਨਮ ਦਿਨ ਹੈ। ਅਸੀਂ ਗੱਲ ਕਰ ਰਹੇ ਹਾਂ ਨਿਕੋਲਾ ਟੈਸਲਾ ਦੀ। ਦੁਨੀਆ ਸੋਚਦੀ ਹੈ ਕਿ ਥੋਮਸ ਐਡੀਸਨ ਉਹ ਵਿਗਿਆਨੀ ਨੇ ਜਿਨ੍ਹਾਂ ਨੇ ਦੁਨੀਆ ਨੂੰ ਰੋਸ਼ਨ ਕੀਤਾ, ਯਾਨੀ ਕਿ ਬਿਜਲੀ ਦਿੱਤੀ। ਪਰ ਅੱਜ ਤੁਹਾਨੂੰ ਦਿਖਾਉਂਦੇ ਹਾਂ ਕਿ ਦੁਨੀਆ ਨੂੰ ਬਦਲਣ ਵਾਲਾ ਵਿਗਿਆਨੀ ਕੌਣ ਹੈ। ਅੱਜ ਦੇ ਦਿਨ ਸਾਲ 1956 'ਚ ਜਨਮ ਹੋਇਆ ਉਸ ਇਨਸਾਨ ਦਾ ਜਿਸ ਨੇ ਦੁਨੀਆ ਨੂੰ ਰੋਸ਼ਨੀ ਦੇ ਨਾਲ ਭਰ ਦਿੱਤਾ। ਉਹ ਇਨਸਾਨ ਸੀ ਨਿਕੋਲਾ ਟੈਸਲਾ। ਟੈਸਲਾ ਬਚਪਨ ਤੋਂ ਜੀਨੀਅਸ ਸੀ। ਉਹ ਕੈਲਕੂਲਸ ਦੇ ਔਖੇ ਤੋਂ ਔਖੇ ਸਵਾਲ ਬਿਨਾਂ ਕਾਪੀ 'ਤੇ ਲਿਖੇ ਆਪਣੇ ਦਿਮਾਗ ਦੇ ਵਿੱਚ ਹੀ ਹੱਲ ਕਰ ਲੈਂਦੇ ਸੀ। ਆਪਣੇ ਕਾਲਜ 'ਚ ਪੜ੍ਹਦਿਆਂ ਜਦੋਂ ਬਿਜਲੀ ਘਰਾਂ ਤੱਕ ਨਹੀਂ ਪਹੁੰਚੀ ਸੀ ਤਾਂ ਟੈਸਲਾ ਨੇ ਆਪਣੇ ਪ੍ਰੋਫੈਸਰ ਨੂੰ ਆਲਟਰਨੇਟਿੰਗ ਕਰੰਟ ਦੇ ਕਨਸੈਪਟ ਬਾਰੇ ਜ਼ਿਕਰ ਕੀਤਾ। ਉਹਨਾਂ ਦੇ ਅਧਿਆਪਕ ਉਹਨਾਂ 'ਤੇ ਬਹੁਤ ਹੱਸੇ। ਅੱਜ ਪੂਰੀ ਦੁਨੀਆ ਆਲਟਰਨੇਟਿੰਗ ਕਰੰਟ ਸਿਸਟਮ ਦੇ ਤਹਿਤ ਹੀ ਆਪਣੇ ਘਰਾਂ ਦੇ ਵਿੱਚ ਬਿਜਲੀ ਦੀ ਵਰਤੋਂ ਕਰ ਰਹੀ ਹੈ। ਟੈਸਲਾ ਥੋਮਸ ਐਡੀਸਨ ਦੀ ਕੰਪਨੀ ਦੇ ਵਿੱਚ ਕੰਮ ਕਰਦੇ ਸਨ। ਐਡੀਸਨ ਦੀ ਕੰਪਨੀ DC ਕਰੰਟ ਦੇ ਜ਼ਰੀਏ ਲੋਕਾਂ ਦੇ ਘਰਾਂ ਤੱਕ ਬਿਜਲੀ ਪਹੁੰਚਾਉਣ ਦਾ ਕੰਮ ਕਰਨਾ ਚਾਹੁੰਦੀ ਸੀ। ਪਰ DC ਕਰੰਟ ਦੇ ਵਿੱਚ ਕੁਝ ਕਮੀਆਂ ਸਨ। ਸਭ ਤੋਂ ਵੱਡੀ ਕਮੀ ਸੀ ਕਿ ਜਿਸ ਇਲਾਕੇ 'ਚ ਬਿਜਲੀ ਦੇਣੀ ਸੀ ਉਸ ਇਲਾਕੇ ਦੇ 1 ਮੀਲ ਦੀ ਦੂਰੀ ਤੱਕ DC ਪਾਵਰ ਸਟੇਸ਼ਨ ਹੋਣਾ ਲਾਜ਼ਮੀ ਸੀ, ਕਿਉਂਕਿ DC ਪਾਵਰ ਦਾ ਵੋਲਟੇਜ ਦੂਰੀ ਵਧਣ ਦੇ ਨਾਲ ਨਾਲ ਘਟਦਾ ਜਾਂਦਾ ਸੀ। ਇੱਕ ਸਮੱਸਿਆ ਹੋਰ ਸੀ ਕਿ ਬਲਬ ਤੋਂ ਇਲਾਵਾ ਜੇਕਰ ਕੋਈ ਹੋਰ ਉਪਕਰਨ ਚਲਾਉਣਾ ਹੋਵੇ ਜਿਸ ਨੂੰ ਬਲਬ ਤੋਂ ਜ਼ਿਆਦਾ ਵੋਲਟੇਜ ਦੀ ਲੋੜ ਹੋਵੇ ਤਾਂ ਉਸ ਲਈ ਵੱਖਰੀ ਪਾਵਰ ਲਾਈਨ ਵਿਛਾਉਣੀ ਪੈਂਦੀ ਸੀ। ਟੈਸਲਾ ਇਸ ਸਮੱਸਿਆ ਨੂੰ ਜਾਣਦੇ ਸੀ, ਇਸ ਕਰਕੇ ਉਹ AC ਯਾਨੀ ਕਿ ਆਲਟਰਨੇਟਿੰਗ ਕਰੰਟ ਮੋਟਰ 'ਤੇ ਕੰਮ ਕਰ ਰਹੇ ਸੀ, ਕਿਉਂਕਿ ਆਲਟਰਨੇਟਿੰਗ ਕਰੰਟ ਅਜਿਹੀ ਪਾਵਰ ਸਪਲਾਈ ਦਿੰਦਾ ਸੀ ਜਿਸ ਨਾਲ ਵੋਲਟੇਜ ਦੂਰੀ ਵਧਣ ਨਾਲ ਘੱਟ ਨਹੀਂ ਹੁੰਦੀ ਅਤੇ ਨਾਲ ਹੀ ਤਾਰਾਂ ਦੇ ਜ਼ਰੀਏ ਹਾਈ ਵੋਲਟੇਜ ਦਾ ਪਾਵਰ ਸਪਲਾਈ ਕੀਤਾ ਜਾ ਸਕਦਾ ਹੈ। ਜਿੱਥੇ ਜਿੰਨੀ ਵੋਲਟੇਜ ਸਪਲਾਈ ਚਾਹੀਦੀ ਹੈ ਉਸ ਨੂੰ ਘੱਟ ਵੱਧ ਵੀ ਕੀਤਾ ਜਾ ਸਕਦਾ ਸੀ। ਮਤਲਬ ਰੇਲਵੇ ਤੋਂ ਲੈ ਕੇ ਕਮਰੇ ਦੇ ਬਲਬ ਤੱਕ ਵੋਲਟੇਜ ਨੂੰ ਇੱਕੋ ਤਾਰ ਨਾਲ ਕੰਟਰੋਲ ਕੀਤਾ ਜਾ ਸਕਦਾ ਸੀ। ਟੈਸਲਾ ਨੇ ਐਡੀਸਨ ਨੂੰ ਆਪਣੀ AC ਮੋਟਰ ਦਿਖਾਈ, ਪਰ ਐਡੀਸਨ ਨੇ ਕਿਹਾ ਕਿ ਇਹ ਕਿਸੇ ਕੰਮ ਦੀ ਨਹੀਂ ਅਤੇ ਲੋਕਾਂ ਦੇ ਲਈ ਘਾਤਕ ਹੈ, ਕਿਉਂਕਿ ਐਡੀਸਨ ਜਾਣਦੇ ਸਨ ਕਿ ਜੇਕਰ AC ਮੋਟਰ ਪ੍ਰਚਲਿਤ ਹੋਈ ਤਾਂ ਉਹਨਾਂ ਦੀ DC ਪਾਵਰ ਸਪਲਾਈ ਕੰਪਨੀ ਤਬਾਹ ਹੋ ਜਾਵੇਗੀ। ਟੈਸਲਾ ਐਡੀਸਨ ਦੀ ਕੰਪਨੀ 'ਚ ਕੰਮ ਕਰਦੇ ਰਹੇ ਅਤੇ ਐਡੀਸਨ ਨੇ ਟੈਸਲਾ ਨੂੰ ਆਪਣੀਆਂ ਮੋਟਰਾਂ ਠੀਕ ਕਰਨ ਦੇ ਲਈ $50,000 ਦੇਣ ਦੀ ਪੇਸ਼ਕਸ਼ ਕੀਤੀ। ਟੈਸਲਾ ਨੇ ਮੋਟਰਾਂ ਠੀਕ ਕਰ ਦਿੱਤੀਆਂ, ਪਰ ਐਡੀਸਨ ਪੈਸਾ ਦੇਣ ਤੋਂ ਮੁੱਕਰ ਗਏ। ਜਦੋਂ ਟੈਸਲਾ ਨੇ ਪੈਸੇ ਮੰਗੇ ਤਾਂ ਉਹਨਾਂ ਜਵਾਬ ਵਿੱਚ ਕਿਹਾ ਕਿ ਮੈਂ ਤਾਂ ਮਜ਼ਾਕ ਕਰ ਰਿਹਾ ਸੀ। ਕਿ ਤੁਸੀਂ ਅਮਰੀਕੀ ਮਜ਼ਾਕ ਵੀ ਨਹੀਂ ਸਮਝਦੇ? ਟੈਸਲਾ ਦੇ ਗੱਲ ਦਿਲ 'ਤੇ ਲੱਗੀ ਤੇ ਟੈਸਲਾ ਨੇ ਐਡੀਸਨ ਦੀ ਕੰਪਨੀ ਛੱਡ ਦਿੱਤੀ ਤੇ ਫਿਰ ਸ਼ੁਰੂ ਹੋਈ ਟੈਸਲਾ ਦੀ ਜ਼ਿੰਦਗੀ ਦੀ ਉਹ ਕਹਾਣੀ ਜਿਸ 'ਚ ਉਹਨਾਂ ਨੇ ਹੈਰਾਨ ਕਰ ਦੇਣ ਵਾਲੀਆਂ ਖੋਜਾਂ ਕੀਤੀਆਂ। ਐਡੀਸਨ ਦੀ ਕੰਪਨੀ ਛੱਡਣ ਤੋਂ ਬਾਅਦ ਨਿਕੋਲਾ ਟੈਸਲਾ ਨੇ ਆਪਣੀ ਕੰਪਨੀ ਬਣਾਈ ਅਤੇ ਉਸ ਤੋਂ ਬਾਅਦ ਹੋਈ ਕਰੰਟ ਵਾਰ। ਐਡੀਸਨ DC ਕਰੰਟ 'ਤੇ ਕੰਮ ਕਰ ਰਹੇ ਸਨ ਅਤੇ ਨਿਕੋਲਾ ਟੈਸਲਾ ਆਲਟਰਨੇਟ ਕਰੰਟ ਸਿਸਟਮ 'ਤੇ ਕੰਮ ਕਰ ਰਹੇ ਸਨ। ਪੂਰੀ ਦੁਨੀਆ ਦੇ ਵਿੱਚ ਟੈਸਲਾ ਨੇ AC ਕਰੰਟ ਦੇ ਜ਼ਰੀਏ ਘਰਾਂ ਘਰਾਂ ਤੱਕ ਬਿਜਲੀ ਪਹੁੰਚਾਈ। ਐਡੀਸਨ DC ਕਰੰਟ ਦੇ ਜ਼ਰੀਏ ਐਸਾ ਕਰਨਾ ਚਾਹੁੰਦੇ ਸਨ। ਨਿਕੋਲਾ ਦੀ AC ਕਰੰਟ ਨੂੰ ਫੇਲ ਕਰਨ ਵਾਸਤੇ, ਬਦਨਾਮ ਕਰਨ ਵਾਸਤੇ ਐਡੀਸਨ ਨੇ ਕਈ ਹਥਿਆਰ ਵਰਤੇ। ਐਡੀਸਨ ਨੇ ਜੇਲ੍ਹਾਂ ਦੇ ਵਿੱਚ ਕੈਦੀਆਂ ਨੂੰ ਮਾਰਨ ਵਾਸਤੇ AC ਕਰੰਟ
ਦੀ ਵਰਤੋਂ ਕਰਾਉਣੀ ਸ਼ੁਰੂ ਕਰਾ ਦਿੱਤੀ, ਜਿਸ ਨਾਲ ਪੂਰੀ ਦੁਨੀਆ ਦੇ ਵਿੱਚ ਨਿਕੋਲਾ ਟੈਸਲਾ ਦੇ ਏਸੀ ਕਰੰਟ ਦੀ ਥੂ-ਥੂ ਹੋਈ। ਉਹਨਾਂ ਨੇ ਆਪਣੀ ਕੰਪਨੀ ਖੋਲ੍ਹੀ ਅਤੇ ਫਿਰ ਅਮਰੀਕਾ ਦੇ ਇੱਕ ਵੱਡੇ ਉਦਯੋਗਪਤੀ ਦੇ ਨਾਲ ਮਿਲ ਕੇ ਏਸੀ ਕਰੰਟ ਨਾਲ ਅਮਰੀਕਾ ਦੇ ਵਿੱਚ ਬਿਜਲੀ ਪਹੁੰਚਾਈ, ਜੋ ਹੌਲੀ ਹੌਲੀ ਪੂਰੀ ਦੁਨੀਆ ਦੇ ਵਿੱਚ ਪਹੁੰਚੀ। ਇਹ ਟੈਸਲਾ ਹੀ ਸੀ ਜਿਸ ਨੇ ਵਾਇਰਲੈਸ ਕਮਿਊਨੀਕੇਸ਼ਨ ਦਾ ਸੁਪਨਾ ਲਿਆ। ਉਹਨਾਂ ਨੇ ਉਸ ਵੇਲੇ 1990 ਦੇ ਦਹਾਕੇ ਦੇ ਵਿੱਚ ਸੋਚਿਆ ਕਿ ਦੁਨੀਆ ਦੇ ਕੋਨੇ ਤੋਂ ਦੂਜੇ ਕੋਨੇ ਤੱਕ ਗੱਲਬਾਤ ਕੀਤੀ ਜਾ ਸਕਦੀ ਹੈ। ਨਾਇਗਰਾ ਫਾਲ ਤੋਂ ਹਰ ਰੋਜ਼ ਜਿੰਨਾ ਪਾਣੀ ਡਿੱਗਦਾ ਹੈ ਅਤੇ ਜਿੰਨੀ ਪਾਵਰ ਪੈਦਾ ਕੀਤੀ ਜਾ ਸਕਦੀ ਹੈ, ਉਹ 2 ਲੱਖ ਟਨ ਕੋਲਾ ਬਾਲਣ ਦੇ ਬਰਾਬਰ ਹੈ। 1996 'ਚ ਟੈਸਲਾ ਨੇ ਇੱਕ ਵਿਸ਼ਾਲ ਮੋਟਰ ਨਾਇਗਰਾ ਫਾਲ 'ਤੇ ਫਿੱਟ ਕੀਤੀ, ਜਿਸ ਤੋਂ ਬਾਅਦ ਅਮਰੀਕਾ ਦੇ ਘਰ ਘਰ ਬਿਜਲੀ ਪਹੁੰਚੀ। 1990 ਤੋਂ ਬਾਅਦ ਟੈਸਲਾ ਨੇ ਵਾਇਰਲੈਸ ਇਲੈਕਟ੍ਰੀਸਿਟੀ 'ਤੇ ਵੀ ਕੰਮ ਕੀਤਾ। ਇਹ ਦੁਨੀਆ ਦੀ ਸਭ ਤੋਂ ਵੱਡੀ ਖੋਜ ਸੀ, ਪਰ ਉਹਨਾਂ ਕੋਲ ਪੈਸੇ ਦੀ ਕਮੀ ਸੀ ਅਤੇ ਕਿਸੇ ਨੇ ਇਸ ਕਨਸੈਪਟ 'ਤੇ ਪੈਸਾ ਨਹੀਂ ਲਗਾਇਆ। ਫਿਰ ਉਹਨਾਂ ਦੀ ਮੁਲਾਕਾਤ ਜੇ.ਪੀ. ਮੋਰਗਨ ਦੇ ਨਾਲ ਹੋਈ ਅਤੇ ਮੋਰਗਨ ਨੇ ਟੈਸਲਾ ਨੂੰ $1.5 ਲੱਖ ਦਿੱਤੇ ਅਤੇ ਹੋਣ ਵਾਲੇ ਮੁਨਾਫੇ 'ਚੋਂ 51% ਹਿੱਸਾ ਮੰਗਿਆ। ਟੈਸਲਾ ਮੰਨ ਗਏ, ਅੱਜ ਦੇ ਹਿਸਾਬ ਨਾਲ ਕਰੀਬ $44 ਲੱਖ। ਟੈਸਲਾ ਨੇ ਇਸ ਪੈਸੇ ਨਾਲ ਨਿਊਯਾਰਕ ਦੇ ਵਿੱਚ ਵਾਰਡਨ ਕਲਿਫ ਟਾਵਰ ਬਣਵਾਇਆ। ਟੈਸਲਾ ਨੇ ਜੇ.ਪੀ. ਮੋਰਗਨ ਨੂੰ ਝੂਠ ਬੋਲਿਆ ਕਿ ਉਹ ਇਸ ਟਾਵਰ ਦੇ ਨਾਲ ਰੇਡੀਓ ਟ੍ਰਾਂਸਮਿਸ਼ਨ 'ਤੇ ਕੰਮ ਕਰ ਰਹੇ ਨੇ, ਪਰ ਦਰਅਸਲ ਇਸ ਟਾਵਰ ਦੇ ਨਾਲ ਉਹਨਾਂ ਨੇ ਉਹ ਕੀਤਾ ਜੋ ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੋਜ ਸੀ। ਟੈਸਲਾ ਨੇ ਬਿਜਲੀ ਵਾਇਰਲੈਸ ਕਰ ਦਿੱਤੀ ਸੀ। ਧਰਤੀ ਨੂੰ ਇੱਕ ਵੱਡੇ ਕੰਡਕਟਰ ਦੀ ਤਰ੍ਹਾਂ ਵਰਤ ਕੇ ਉਹਨਾਂ ਨੇ ਬਿਜਲੀ ਬਿਨਾਂ ਤਾਰਾਂ ਤੋਂ ਟ੍ਰਾਂਸਮਿਟ ਕਰ ਦਿੱਤੀ। 2 ਮੀਲ ਤੱਕ ਸਿਰਫ ਧਰਤੀ ਅੰਦਰ ਇੱਕ ਲੋਹੇ ਦੀ ਰਾਡ ਗੱਢ ਕੇ ਬਿਜਲੀ ਵਰਤੀ ਜਾ ਸਕਦੀ ਸੀ। ਇਸ ਬਿਜਲੀ ਨੂੰ ਪੂਰੀ ਦੁਨੀਆ 'ਚ ਇਸ ਤਰ੍ਹਾਂ ਭੇਜਣ 'ਤੇ ਉਹ ਕੰਮ ਕਰ ਰਹੇ ਸਨ। ਇਹ ਬਿਜਲੀ ਮੁਫ਼ਤ ਸੀ, ਪਰ ਜਦੋਂ ਮੋਰਗਨ ਨੂੰ ਇਸ ਦਾ ਪਤਾ ਲੱਗਿਆ ਕਿ ਟੈਸਲਾ ਵਾਇਰਲੈਸ ਲਾਈਟਿੰਗ ਦੇ ਨਾਲ ਦੁਨੀਆ 'ਚ ਮੁਫ਼ਤ ਬਿਜਲੀ ਵੰਡਣਾ ਚਾਹੁੰਦੇ ਨੇ, ਉਹਨਾਂ ਨੇ ਇਹ ਪ੍ਰੋਜੈਕਟ ਬੰਦ ਕਰ ਦਿੱਤਾ। ਅਤੇ ਪੈਸੇ ਦੀ ਕਮੀ ਕਰਕੇ 1906 ਦੇ ਵਿੱਚ ਟੈਸਲਾ ਨੇ ਵੀ ਇਸ 'ਤੇ ਕੰਮ ਕਰਨਾ ਬੰਦ ਕਰਤਾ। 1915 'ਚ ਇਹ ਟਾਵਰ ਢਾ ਦਿੱਤਾ ਗਿਆ। ਟੈਸਲਾ ਨੂੰ ਕਈ ਲੋਕ ਪਾਗਲ ਵਿਗਿਆਨੀ ਵੀ ਕਹਿੰਦੇ ਨੇ। ਦੁਨੀਆ ਦੀਆਂ ਕਈ ਮਹਾਨ ਖੋਜਾਂ ਟੈਸਲਾ ਦੇ ਕਰਕੇ ਹੋਈਆਂ। ਐਕਸ-ਰੇ, ਰੋਬੋਟਿਕਸ, MRI, ਰੇਡੀਓ ਵੇਵਸ, ਲੇਜ਼ਰ, ਰਡਾਰ ਆਦਿ, ਇਹ ਸਾਰੀਆਂ ਖੋਜਾਂ ਟੈਸਲਾ ਕਰਕੇ ਹੋਈਆਂ। ਟੈਸਲਾ ਨੇ ਡੈਥ ਰੇ ਦੀ ਵੀ ਕਾਢ ਕੀਤੀ। ਘਰ ਘਰ ਦੇ ਵਿੱਚ ਬਿਜਲੀ ਪਹੁੰਚਾਉਣ ਵਾਲੇ ਇਸ ਮਹਾਨ ਵਿਗਿਆਨੀ ਦਾ ਅੱਜ ਜਨਮ ਦਿਨ ਹੈ। ਡੇਲੀ ਪੋਸਟ ਪੰਜਾਬੀ ਵਿਗਿਆਨ ਤੇ ਉਸ ਮਹਾਨ ਵਿਗਿਆਨੀ ਨੂੰ ਸਲਾਮ ਕਰਦਾ ਹੈ। ਕਿਹਾ ਜਾਂਦਾ ਹੈ ਕਿ ਇੱਕ ਵਾਰ ਆਪਣੇ ਘਰ ਦੇ ਵਿੱਚ ਪ੍ਰਯੋਗ ਕਰਦੇ ਹੋਏ ਟੈਸਲਾ ਨੇ ਭੁਚਾਲ ਲਿਆਉਣ ਵਾਲੀ ਮਸ਼ੀਨ ਗਲਤੀ ਦੇ ਨਾਲ ਤਿਆਰ ਕਰ ਲਈ। ਦਰਅਸਲ ਉਹ ਇੱਕ ਮਸ਼ੀਨ ਤਿਆਰ ਕਰ ਰਹੇ ਸਨ ਜਿਸ ਦੇ ਨਾਲ ਘਰ ਦੇ ਵਿੱਚ ਹੀ ਬਿਜਲੀ ਪੈਦਾ ਕੀਤੀ ਜਾ ਸਕਦੀ ਹੋਵੇ, ਪਰ ਜਦੋਂ ਉਸ ਮਸ਼ੀਨ ਨੂੰ ਪਾਵਰ ਜ਼ਿਆਦਾ ਦੇ ਦਿੱਤੀ ਗਈ ਤਾਂ ਇਲਾਕੇ ਦੇ ਵਿੱਚ ਭੁਚਾਲ ਆ ਗਿਆ। ਹਰ ਪਾਸੇ ਤਰੇੜਾਂ ਪੈ ਗਈਆਂ ਅਤੇ ਕੁਝ ਹੀ ਮਿੰਟਾਂ ਦੇ ਵਿੱਚ ਪੁਲਿਸ ਉਹਨਾਂ ਦੇ ਘਰ ਪਹੁੰਚ ਗਈ। ਉਹਨਾਂ ਉਹ ਮਸ਼ੀਨ ਤੋੜ ਦਿੱਤੀ ਅਤੇ ਆਪਣੇ ਸਾਥੀ ਨੂੰ ਕਿਹਾ ਕਿ ਉਹ ਝੂਠ ਬੋਲ ਦੇਵੇ ਕਿ ਇਹ ਕੁਦਰਤੀ ਤੌਰ 'ਤੇ ਭੁਚਾਲ ਆਇਆ ਸੀ। ਦੁਬਾਰਾ ਟੈਸਲਾ ਨੇ ਉਹ ਮਸ਼ੀਨ ਕਦੇ ਨਹੀਂ ਬਣਾਈ। ਟੈਸਲਾ ਦੀ ਜ਼ਿੰਦਗੀ, ਟੈਸਲਾ ਨੇ ਜੋ ਕੀਤਾ ਉਹ ਮਹਾਨ ਹੈ। ਅੱਜ ਉਹਨਾਂ ਦੇ ਜਨਮ ਦਿਨ 'ਤੇ ਡੇਲੀ ਪੋਸਟ ਉਹਨਾਂ ਨੂੰ ਯਾਦ ਕਰਦਾ। ਕੈਮਰਾ ਪਰਸਨ ਜਗਰੂਪ ਸਿੰਘ ਅਤੇ ਗਗਨ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਲੁਧਿਆਣਾ।
ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।